ਅੰਤਰਰਾਸ਼ਟਰੀ ਦਿਵਿਆਂਗ ਦਿਵਸ ਜੋ ਕਿ 3 ਦਸੰਬਰ ਨੂੰ ਮਨਾਇਆ ਜਾਂਦਾ ਸੋ ਅੱਜ ਸਾਡੇ ਮੋਗਾ ਵਿਖੇ ਉਹ ਮਨਾਇਆ ਜਾ ਰਿਹਾ ਬਲੂਮਿੰਗ ਵਰਡ ਸਕੂਲ ਦੇ ਵਿੱਚ ਉਹਨਾਂ ਦੀ ਸਹਾਇਤਾ ਦੇ ਨਾਲ ਔਰ ਮੇਰੇ ਵੱਲੋਂ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦਾ ਔਰ ਸਾਡੇ DSO ਮੈਡਮ ਦਾ ਔਰ ਬੱਚਿਆਂ ਦਾ ਔਰ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ। ਬੱਚਿਆਂ ਦੇ ਵਿੱਚ ਇੱਕ ਬਹੁਤ ਅੱਛਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਬੱਚਿਆਂ ਦੇ ਪੇਰੈਂਟਸ ਜਿਹੜੇ ਹੈਗੇ ਆ ਉਹ ਬੜੇ ਖੁਸ਼ ਨਜ਼ਰ ਆ ਰਹੇ ਆ ਕਿਉਂਕਿ ਉਹਨਾਂ ਨੂੰ ਵੀ ਮੌਕਾ ਦਿੱਤਾ ਗਿਆ ਅੱਜ ਆਪਣੀ ਪਰਫੋਰਮੈਂਸ ਦੇਣ ਦਾ।
ਸੋ ਮੇਰੇ ਵੱਲੋਂ ਸਾਰੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਔਰ ਸਾਰੇ ਸਾਡੇ ਜਿੰਨੇ ਵੀ ਪਾਰਟੀਸਪੈਂਟਸ ਹੈਗੇ ਆ ਪੇਰੈਂਟਸ ਨੂੰ ਔਰ ਸਪੈਸ਼ਲ ਧੰਨਵਾਦ ਹੈ ਬਲੂਮਿੰਗ ਵਰਲਡ ਸਕੂਲ ਦਾ ਜਿਨ੍ਹਾਂ ਦੇ ਹਾਲ ਦੇ ਵਿੱਚ ਜਿਹੜਾ ਅਸੀਂ ਇਹ ਅੱਜ ਦਿਵਸ ਮਨਾ ਰਹੇ ਹਾਂ। ਮੈਮ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਤੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਨੇ, ਖਾਸ ਕਰ ਦਿਵਿਆਂਗ ਬੱਚਿਆਂ ਦੇ ਵਾਸਤੇ ਸਪੈਸ਼ਲ ਸਕੂਲ ਖੋਲ੍ਹੇ ਜਾ ਰਹੇ ਨੇ, ਮੋਗਾ ਦੇ ਵਿੱਚ ਵੀ ਸ਼ੁਰੂਆਤ ਕੀਤੀ ਹੈਗੀ ਹੈ, ਅਤੇ ਜਿਹੜੇ ਬੱਚੇ ਨਹੀਂ ਭੇਜਦੇ ਪੇਰੈਂਟਸ ਹੈਗੇ ਉਹਨਾਂ ਨੂੰ ਕੀ ਲੱਗਦਾ? ਅਸੀਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰਦੇ ਹਾਂ ਜੀ, ਕਿਉਂਕਿ ਸਾਡੇ ਰੈੱਡ ਕ੍ਰੋਸ ਵੱਲੋਂ ਜਿਹੜਾ ਹੈਗਾ ਇਹ ਸਕੂਲ ਚਲਾਇਆ ਜਾ ਰਿਹਾ, ਪਹਿਲਾਂ ਕੁਛ ਰੀਜ਼ਨਸ ਕਰਕੇ ਕੋਵਿਡ ਦੇ ਦੌਰਾਨ ਉਹ ਬੰਦ ਕਰ ਦਿੱਤਾ ਗਿਆ ਸੀਗਾ, ਲੇਕਿਨ ਫਿਰ ਤੋਂ ਸਟਾਰਟ ਕਰ ਦਿੱਤਾ ਗਿਆ। ਦੇਖੋ ਸਰ, ਜਿਹੜਾ ਦਿਵਿਆਂਗ ਦਿਵਸ ਹੈ, ਇੰਟਰਨੈਸ਼ਨਲ ਦਿਵਿਆਂਗ ਦਿਵਸ ਜਿਹੜਾ ਹੈਗਾ ਇਹ ਮਨਾਇਆ ਜਾ ਰਿਹਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੁਆਰਾ, ਔਰ ਇਹ ਸਾਡੇ ਕੈਂਪਸ ਬਲੂਮਿੰਗ ਬਰਡ ਸਕੂਲ ਵਿਖੇ ਹੋ ਰਿਹਾ, ਔਰ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈਗੇ ਇਹ ਬਹੁਤ ਜ਼ਰੂਰੀ ਨੇ ਸਮਾਜ ਵਾਸਤੇ, ਕਿਉਂਕਿ ਜਿਹੜੇ ਵੀ ਦਿਵਿਆਂਗ ਹਨ ਜਾਂ ਹੋਰ ਵੀ ਕਿਸੇ ਤਰੀਕੇ ਦੇ ਨਾਲ ਵੀ ਜਿਹੜੇ ਹੈਂਡੀਕੈਪਡ ਹਨ ਉਹ ਸਮਾਜ ਦਾ ਇੱਕ ਅਭਿੰਨ ਅੰਗ ਹੈ, ਔਰ ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਸਮਾਜ ਦੁਆਰਾ ਉਹਨਾਂ ਦੇ ਪਰਿਵਾਰ ਦੁਆਰਾ ਦਰਕਿਨਾਰ ਕੀਤਾ ਜਾਂਦਾ, ਉਹ ਉਹਨਾਂ ਦਾ ਇੱਕ ਸੰਦਰਭ ਲੈਂਦੇ ਹੋਏ ਸਰਕਾਰਾਂ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਹਨ, ਔਰ ਮੈਂ ਸਮਝਦਾ ਕਿ ਇਸ ਦੇ ਅਗਰਜ ਜਿਹੜੇ ਹੈਗੇ ਨੇ ਸਾਡੇ ਆਦਰਣੀਏ ਪ੍ਰਧਾਨ ਮੰਤਰੀ ਜੀ ਨੇ, ਜਿਨ੍ਹਾਂ ਨੇ ਹੈਂਡੀਕੈਪ ਦੇ ਸ਼ਬਦ ਨੂੰ ਚੱਕਦਿਆਂ ਹੋਇਆਂ ਜਾਂ ਬਲਾਈਂਡ ਸ਼ਬਦ ਨੂੰ ਚੱਕਦਿਆਂ ਹੋਇਆਂ ਇੱਕ ਦਿਵਿਆਂਗ ਸ਼ਬਦ ਦਿੱਤਾ ਕਿ ਇਹਨਾਂ ਨੂੰ ਇਸ ਨਾਮ ਦੇ ਨਾਲ ਪੁਕਾਰਿਆ ਜਾਏ, ਔਰ ਇਹ ਜਿਹੜਾ ਇਸ ਤਰ੍ਹਾਂ ਦਾ ਉਪਰਾਲਾ ਹੈ ਉਹਦੇ ਨਾਲ ਇੱਕ ਬੱਚਿਆਂ ਵਿੱਚ ਜਿਹੜੇ ਕਿ ਕਿਸੇ ਦੇ ਨਾਲ ਹੈਲਪਲੈਸ ਨੇ ਕਿਸੇ ਸਿਸਟਮ ਦੇ ਵਿੱਚ, ਤਾਂ ਉਹਨਾਂ ਨੂੰ ਇੱਕ ਬਲ ਮਿਲਦਾ ਹੈ, ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਅਸੀਂ ਵੀ ਇਸ ਸਮਾਜ ਦਾ ਇੱਕ ਹਿੱਸਾ ਹਾਂ ਅਤੇ ਉਹਨਾਂ ਨੂੰ ਬਣਦਾ ਜਿਹੜਾ ਉਹਨਾਂ ਦਾ ਸਤਿਕਾਰ ਉਹ ਮਿਲਣਾ ਚਾਹੀਦਾ। ਤਾਂ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਇਸੇ ਸੰਦਰਭ ਵਿੱਚ ਹੁੰਦਾ ਹੈ ਤਾਂ ਕਿ ਉਹਨਾਂ ਨੂੰ ਬਣਦਾ ਸਤਿਕਾਰ ਉਹਨਾਂ ਨੂੰ ਦਿੱਤਾ ਜਾ ਸਕੇ। BBS ਸਕੂਲ ਜਿਹੜਾ ਹੈਗਾ ਦੇਸ਼ ਦੇ ਵਿੱਚ ਪੂਰਾ ਨਾਮ ਰੋਸ਼ਨ ਕਰ ਰਿਹਾ ਜੀ ਖੇਡਾਂ ਨੂੰ। ਜੀ ਜੀ ਜੀ, ਹਰ ਸਾਲ ਟੂਰਨਾਮੈਂਟ ਵੀ ਹੁੰਦੇ ਨੇ ਦਿਵਿਆਂਗ ਬੱਚਿਆਂ ਦੇ, ਕੋਈ ਟੂਰਨਾਮੈਂਟ ਵੀ BBS ਸਕੂਲ ਵੱਲੋਂ? ਹਾਂਜੀ, ਦੇਖੋ ਅਸੀਂ ਹਰ ਸਾਲ ਜਿਹੜਾ ਸਾਡਾ ਫੋਕਸ ਹੁੰਦਾ ਹੈ ਓਵਰਆਲ ਡਿਵੈਲਪਮੈਂਟ ਦੇ ਉੱਤੇ, ਸਾਡਾ ਗੇਮਾਂ ਦੇ ਉੱਤੇ ਫੋਕਸ ਹੁੰਦਾ ਹੈ, ਔਰ ਸਕੂਲ ਵਿੱਚ ਅਸੀਂ ਹਰ ਸਾਲ ਜਿਹੜਾ ਹੈਗਾ ਉਹ ਗੇਮਾਂ ਨੂੰ ਮੁੱਖ ਰੱਖਦੇ ਹੋਏ ਹੀ ਸਾਡਾ ਐਨੂਅਲ ਸਪੋਰਟਸ ਡੇ ਹੁੰਦਾ, ਔਰ ਜਿਹੜਾ ਕਿ ਹੁਣ ਆਉਣ ਵਾਲੇ 21 ਅਤੇ 22 ਤਰੀਕ ਨੂੰ ਮਨਾਇਆ ਜਾਣਾ, ਦੋ ਦਿਨ ਦੇ ਵਿੱਚ ਉਹ ਕੰਪਲੀਟ ਹੋਣਾ ਹੈ, ਉਹਦੇ ਜਿਹੜੇ ਪ੍ਰੀਲਿਮਨਰੀ ਮੈਚਸ ਹੈ ਉਹ ਸਟਾਰਟ ਹੋ ਚੁੱਕੇ ਨੇ, ਸਿਰਫ ਸੈਮੀਫਾਈਨਲ ਅਤੇ ਫਾਈਨਲਸ ਵਗੈਰਾ ਜਿਹੜੇ ਰਹਿ ਜਾਣਗੇ ਜਿਹੜੇ ਉਸ ਦਿਨ ਹੋਣਗੇ, ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਸਾਡੀਆਂ ਜਿਹੜੀਆਂ ਗੇਮਾਂ ਨੇ ਉਹ ਤਰਤੀਬ ਵਾਈਜ਼ ਨੇ, ਉਹਦੇ ਵਿੱਚ ਕਈ ਬੱਚੇ ਜਿਹੜੇ ਫਿਜ਼ੀਕਲੀ ਤੌਰ 'ਤੇ ਹਾਂਜੀ ਵਰਲਡ ਡਿਸੇਬਲਡ ਡੇ ਜੋ ਅਸੀਂ 3 ਦਸੰਬਰ ਨੂੰ ਮਨਾਉਂਦੇ ਹਾਂ ਉਹ ਜਿਹੜਾ ਹੈਗਾ ਲਗਾਤਾਰ 15 ਦਿਨ ਤੋਂ ਮਨਾਇਆ ਜਾ ਰਿਹਾ ਹੈ, ਅਤੇ ਅੱਜ ਅਸੀਂ ਜਿਹੜਾ ਹੈਗਾ ਮੋਗਾ ਵਿਖੇ ਬਲੂਮਿੰਗ ਬਰਡਸ ਵਿਖੇ ਇਹ ਪ੍ਰੋਗਰਾਮ ਮਨਾ ਰਹੇ ਹਾਂ, ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਜਿਹੜੇ ਦਿਵਿਆਂਗ ਬੱਚੇ ਨੇ ਉਹਨਾਂ ਨੂੰ ਸਵੈਟਰਸ ਮਫਲਰਸ ਕੈਪਸ ਵਗੈਰਾ ਵੀ ਦੇ ਰਹੇ ਹਾਂ, ਉਹਨਾਂ ਨੂੰ ਇਨਾਮ ਦੇ ਰਹੇ ਹਾਂ, ਇਸ ਤੋਂ ਇਲਾਵਾ ਅਸੀਂ 5 ਟ੍ਰਾਈਸਾਈਕਲ ਜਿਹੜੇ ਬਿਲਕੁਲ ਡਿਸੇਬਲਡ ਨੇ ਉਹਨਾਂ ਨੂੰ ਵੀ ਦੇ ਰਹੇ ਹਾਂ। ਚੰਗੀ ਗੱਲ ਹੈ ਜੀ, ਵੈਸੇ ਜਿਹੜੇ ਡਿਸੇਬਲਡ ਬੱਚੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਉਹਨਾਂ ਵਾਸਤੇ ਬਹੁਤ ਸਾਰੀਆਂ ਟਰਮਸ ਯੂਜ਼ ਕੀਤੀਆਂ ਜਾਂਦੀਆਂ, ਸਪੈਸ਼ਲੀ ਏਬਲਡ ਜਾਂ ਸਪੈਸ਼ਲ ਚਿਲਡਰਨ, ਜਦਕਿ ਮੈਨੂੰ ਇਹ ਲੱਗਦਾ ਕਿ ਇਹਨਾਂ ਬੱਚਿਆਂ ਨੂੰ ਸਾਨੂੰ ਮੇਨ ਸਟ੍ਰੀਮ 'ਚ ਲੈ ਕੇ ਆਉਣਾ ਚਾਹੀਦਾ ਹੈ, ਜਿਹੜੇ ਨੋਰਮਲ ਸਕੂਲਸ ਹੁੰਦੇ ਨੇ ਉੱਥੇ ਬੱਚੇ ਜਾਣ, ਚਾਹੇ ਇਹਨਾਂ 'ਤੇ ਧਿਆਨ ਵੱਧ ਦਿੱਤਾ ਜਾਵੇ, ਪਰ ਇਹਨਾਂ ਨੂੰ ਜਿਹੜੀ ਹੈਗੀ ਓਪਰਚੁਨਿਟੀ ਬਾਕੀ ਸਾਰੇ ਬੱਚਿਆਂ ਨਾਲ ਪੜ੍ਹਨ ਦੀ, ਬਾਕੀ ਸਾਰੇ ਬੱਚਿਆਂ ਨਾਲ ਖੇਡਣ ਦੀ, ਉਹਨਾਂ ਨਾਲ ਗਰੋ ਅਪ ਦੀ ਓਪਰਚੁਨਿਟੀ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ, ਤਾਂ ਹੀ ਅਸੀਂ ਜਿਹੜਾ ਹੈਗਾ ਸਹੀ ਮਾਇਨੇ 'ਚ ਡਿਸੇਬਲਡ ਲੋਕਾਂ ਦੀ ਜਿਹੜੀ ਆ ਡਿਸੇਬਲਡ ਬੱਚਿਆਂ ਦੀ ਹੈਲਪ ਕਰ ਸਕਦੇ ਹਾਂ। ਕਈ ਹਾਲੇ ਵੀ ਪੇਰੈਂਟਸ ਜਿਹੜੇ
ਆਪਣੇ ਬੱਚਿਆਂ ਨੂੰ ਨਹੀਂ ਭੇਜਦੇ ਉਹਨਾਂ ਨੂੰ ਕਿਹਾ ਸੀ। ਹਾਂਜੀ, ਰੈੱਡ ਕਰੋਸ ਵਿਸਟਾ ਸਕੂਲ ਦੇ ਨਾਮ 'ਤੇ ਅਸੀਂ ਐੱਮ ਆਰ ਬੱਚਿਆਂ ਲਈ ਸਕੂਲ ਇੱਕ ਖੋਲ੍ਹਿਆ ਹੈਗਾ ਅਤੇ ਉੱਥੇ ਜਿਹੜੀ ਹੁਣ ਅਟੈਂਡੈਂਸ ਹੈਗੀ ਹੈ ਉਹ ਕਾਫੀ ਮਿਨੀਮਲ ਜੀ ਹੈਗੀ ਹੈ। ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਪੇਰੈਂਟਸ ਜਿਹੜੇ ਹੈਗੇ ਆ ਉਹ ਆਪਣੇ ਬੱਚਿਆਂ ਨੂੰ ਇੱਥੇ ਭੇਜਣ। ਇਹੀ ਸਾਡਾ ਇੱਕ ਉਪਰਾਲਾ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਉੱਥੇ ਪਹਿਲਾਂ ਇਹਨਾਂ ਦੀ ਮੁੱਢਲੀ ਜਿਹੜੀ ਸਿੱਖਿਆ ਹੈਗੀ ਹੈ ਜਾਂ ਮੁੱਢਲੀ ਇਹਨਾਂ ਦੀ ਹੈਲਪ ਕਰਕੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਮੇਨ ਸਟ੍ਰੀਮ ਸਕੂਲ 'ਚ ਪਾ ਸਕੀਏ ਤਾਂ ਕਿ ਇਹ ਨੋਰਮਲ ਬੱਚਿਆਂ ਨਾਲ ਜਾ ਕੇ ਜਿਹੜਾ ਹੈਗਾ ਉਹ ਆਪਣੀ ਸਿੱਖਿਆ ਪ੍ਰਾਪਤ ਕਰ ਸਕਣ।